ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜਿੱਥੇ ਜਨਜੀਵਨ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਇਸ ਗਰਮੀ ਦੀ ਕਹਿਰ ਦੀ ਪੈ ਰਹੀ ਗਰਮੀ ਨੇ ਵੀ ਜਿਹੜੀਆਂ ਹੈ ਫਸਲਾਂ ਅਤੇ ਫਲਾਂ ਦੀ ਖੇਤੀ ਨੂੰ ਵੀ ਜਿਹੜਾ ਹੈ ਕਾਫੀ ਪ੍ਰਭਾਵਿਤ ਕੀਤਾ ਹੈ। ਅਸੀਂ ਇਸ ਵਕਤ NFL ਦੇ ਜਿਹੜਾ ਹੈ ਲੀਚੀ ਦਾ ਬਾਗ ਹੈ ਉਹਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਗਰਮੀ ਜ਼ਿਆਦਾ ਹੋਣ ਕਰਕੇ ਜਿਹੜਾ ਹੈ ਲੀਚੀ ਦੇ ਜਿਹੜੀ ਹੈ ਫਸਲ ਵੀ ਜਿਹੜੀ ਹੈ ਇਹਨਾਂ ਦੀ ਖਰਾਬ ਹੋ ਗਈ ਹੈ। ਲਗਾਤਾਰ ਇਹਨਾਂ ਵੱਲੋਂ ਹਰ ਸਾਲ ਜਿਹੜਾ ਹੈ ਲੀਚੀ ਦੇ ਬਾਗ ਅਤੇ ਅੰਬਾਂ ਦਾ ਬਾਗ ਜਿਹੜਾ ਹੈ ਇਹਨਾਂ ਵੱਲੋਂ NFL ਦੀ ਜਿਹੜੀ ਜ਼ਮੀਨ ਦੇ ਉੱਪਰ ਜਿਹੜਾ ਲਗਾਇਆ ਗਿਆ ਉਹ ਕਿਰਾਏ 'ਤੇ ਲਿੱਤਾ ਜਾਂਦਾ ਹੈ ਤਾਂ ਠੇਕੇ 'ਤੇ ਲਿੱਤਾ ਜਾਂਦਾ ਹੈ ਤਾਂ ਪਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼, ਲਗਾਤਾਰ ਪੈ ਰਹੀ ਗਰਮੀ ਅਤੇ ਨਾਲ ਹੀ ਜਿਹੜੀ ਹੈ ਬਾਰਿਸ਼ ਨਾ ਹੋਣ ਕਰਕੇ ਜਿਹੜੀ ਹੈ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਇਸੀ ਸੰਬੰਧ ਵਿੱਚ ਸਾਡੇ ਨਾਲ ਜਿਨ੍ਹਾਂ ਨੇ ਲੀਚੀ ਦਾ ਬਾਗ ਲਿਆ ਹੈ ਠੇਕੇਦਾਰ ਖੜ੍ਹੇ ਨੇ। ਹਾਂਜੀ ਸਰ, ਕੀ ਨਾਮ ਹੈ ਜੀ? ਇਕਰਾਮ ਹੈ ਜੀ। ਇਕਰਾਮ ਜੀ, ਬਤਾਉਣਾ ਵੀ ਆਪਣੇ ਲੀਚੀ ਔਰ ਆਮ ਕਾ ਬਾਗ ਲਿਆ ਹੈ। ਜੀ ਜੀ, ਕਿਤਨੀ ਕੀ ਪਰੇਸ਼ਾਨੀ ਹੋਈ ਹੈ? ਪਰੇਸ਼ਾਨੀ ਤਾਂ ਬਹੁਤ ਹੈ ਸਰ, ਇਹ ਗਰਮੀ ਜਿਤਨੀ ਹੈ ਟੈਂਪਰੇਚਰ ਬਹੁਤ ਜ਼ਿਆਦਾ ਹੈ, ਇਸ ਲਈ ਸੋਕਾ ਮਾਰ ਕੇ ਜੇ ਮਾਲ ਝੜ ਗਿਆ, ਸੜ ਗਿਆ, ਫਟ ਗਿਆ, ਪ੍ਰੋਬਲਮ ਹੈ, ਪਾਣੀ ਕੀ ਪਰੇਸ਼ਾਨੀ ਹੈ ਇਧਰ, ਪਰੇਸ਼ਾਨੀ ਤਾਂ ਬਹੁਤ ਸਾਰੀ ਹੈ ਇਧਰ। ਕੋਈ ਕਿਸੀ ਬਾਕੀ ਕੋਈ ਘੇਰਾਬੰਦੀ ਹੈ ਨਹੀਂ, ਦਿਨ ਮੈਂ ਆਵਾਰਾ ਗਾਈਆਂ ਹੈ, ਰਾਤ ਕੋ ਨੀਲੇ ਹਿਰਨੇ ਮਤਲਬ ਬਹੁਤ ਜ਼ਿਆਦਾ ਜਾਨਵਰ ਪਰੇਸ਼ਾਨ ਕਰਤੇ ਹੈ, ਖਾਤੇ ਹੈ ਜੀ ਪੇੜੋ ਕੋ, ਇਸ ਕਰਕੇ ਨੁਕਸਾਨ ਯਹਾਂ ਬਹੁਤ ਜ਼ਿਆਦਾ ਹੈ। ਇਹ ਬਤਾਨਾ ਕਿ ਆਪਣੇ ਪਿਛਲੇ ਕਈ ਸਾਲ ਸੇ ਆਪਕੇ ਪਾਸ ਹੀ ਇਹ ਠੇਕਾ ਆਤਾ ਹੈ? ਹਾਂ ਜੀ, ਅਭੀ ਤੋ 2 ਸਾਲ ਸੇ ਹਮਾਰੇ ਪਾਸ ਹੀ ਹੈ, ਦੂਸਰਾ ਸਾਲ ਹੈ ਜੀ ਇਹ। ਹਾਂ ਜੀ, ਆਪਣੇ ਇਸ ਸੰਬੰਧੀ ਪ੍ਰਸ਼ਾਸਨ ਸੇ ਬਾਤ ਕੀ ਹੋ NFL ਵਾਲੋ ਸੇ ਕਿ ਆਪਾਂ ਪਾਣੀ ਔਰ ਦਿੱਕਤ ਹਮਾਰੀ ਦਿੱਕਤ ਹੈ, ਪਾਣੀ ਔਰ ਬਾੜ ਕੀ ਦਿੱਕਤ ਹੈ ਜੋ ਜਾਨਵਰ ਜੰਗਲੀ ਜਾਨਵਰ ਆ ਜਾਂਦੇ? ਹਾਂ ਜੀ, ਉਹ ਤਾਂ ਉਨਸੇ ਹਮ ਬਾਤ ਕਰਤੇ ਹੈ ਬਾੜ ਕੇ ਲਈ, ਤਾਂ ਬਾਤ ਕੀ ਪਹਿਲੇ ਵੀ ਕੀ ਹੈ, ਉਹ ਕਹਿ ਰਹੇ ਕਿ ਠੇਕਾ ਦਿਆ ਹੈ, ਹੋ ਗਿਆ ਹੈ, ਲੇਕਿਨ ਅਭੀ ਕਾਮ ਕੁਛ ਹੋਇਆ ਨਹੀਂ ਹੈ। ਹਾਂ ਜੀ, ਅਭੀ ਬਸ ਉਹ ਕਹਿ ਹੀ ਰਹੇ ਹੈ, ਹਮ ਤਾਂ ਬਾਰ ਬਾਰ ਜਾ ਰਹੇ ਕਹਿ ਰਹੇ ਜਿਸਕਾ ਗਿਰਾਈਬੰਦੀ ਕਰਾਓ, ਨੁਕਸਾਨ ਹਮੇ ਜ਼ਿਆਦਾ ਹੋਤਾ ਹੈ, ਫਿਰ ਹਮ ਗਾਇਓ ਖਦੇੜਦੇ ਹੈ, ਕੋਈ ਕਹਿਤਾ ਤੁਮ ਮਾਰਤੇ ਹੋ, ਉਹ ਕਰਤੇ ਹੋ, तो इसलिए हम परेशानी बहुत है जी। ठीक है, अभी जैसे आपने बताया कि गर्मी ज़्यादा होने के कारण आपकी फसल को काफ़ी नुकसान पहुँचा है, तो कितना का नुकसान है? नुकसान तो ये समझ लो जी, ये बाग हमारा ठेका हुआ है 5 साल का, 1,11,00,000 में जी, एक करोड़ ग्यारह लाख का जी। हाँ। और जी एक फसल बैठती है कम से कम हमारी 30 लाख की, 22,60,000 तो माल देना होता है NFL को। और जी हमारे पास लेबर कम से कम 40-50 बंदे रहते हैं, अब उनकी तनख्वाह खाना खर्चा तो 5-7 लाख रुपए का जो है खर्चा वो होता है, 30 लाख की मेरी फसल बैठती है, और अब की बार जो है 10 लाख रुपया भी इसमें से निकलेगा नहीं, नुकसान बहुत ज़्यादा है, कोई तो अंधेरिया बहुत ज़्यादा आई, फिर सोका गर्मी, बस सब कुछ मिलाकर नुकसान है जी ज़्यादा। जैसे देखा हमने पिछले कई सालों से लगातार देखा कि मौसम में तब्दीली आई है, लगातार बारिश नहीं हो रही है, तूफान अंधेरी आ रहा है, फसलें काफ़ी ख़राब होती हैं, तो इसको लेकर आपने कभी NFL से किया हो बात की हो कि क्योंकि लगातार मौसम की मार आपके किसानी पर पड़ रही है, तो इनके कोई भी अपना ठेके में कोई गुंजाइश की हो इन्होंने? अब की बार तो हमने कुछ उनको बोला नहीं है जी, लेकिन कहेंगे, अभी तो कुछ कहा नहीं, पिछली बार भी कई बार बाकी कुछ करते हुए है नहीं, अब की बार हमने उनको बोला नहीं, पर दिखाई तो पता तो सभी को है जी, नुकसान है, एक तो फल नहीं था, फिर गर्मी अंधेरी, माल झड़ गया कच्चा, उसका कुछ फायदा नहीं हुआ, कोई पैसा नहीं बना, अभी देख रहे हो कि आप मतलब जो है 100 में 10% भी माल है ही नहीं पेड़ों के ऊपर। हाँ जी, हम जी यूपी से हैं, हाँ डिस्ट्रिक्ट बागपत पड़ता है जी। अच्छा जी, जी जी
ਠੀਕ ਹੈ ਬਿਲਕੁਲ। ਸੋ ਇਹ ਸਨ ਠੇਕੇਦਾਰ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਪਿਛਲੇ ਕਈ ਸਾਲਾਂ ਤੋਂ ਇਹਨਾਂ ਕੋਲ ਹੀ ਜਿਹੜਾ ਹੈ ਇਹ NFL ਦਾ ਜਿਹੜਾ ਲੀਚੀ ਦਾ ਬਾਗ ਅਤੇ ਅੰਬਾਂ ਦਾ ਬਾਗ ਇਹਨਾਂ ਕੋਲ ਹੀ ਆਉਂਦਾ ਹੈ, ਪਰ ਇਹਨਾਂ ਨੇ ਕਈ ਵਾਰ NFL ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਹੈ, ਉਹਨਾਂ ਨੂੰ ਆਪਣੀ ਦੁੱਖ ਤਕਲੀਫ ਦੱਸੀ ਹੈ ਕਿ ਇਹਨਾਂ ਨੇ ਕਿਹਾ ਕਿ ਬਾਗ ਦੇ ਜਿਹੜੇ ਚਾਰੋਂ ਪਾਸੇ ਜਿਹੜੀ ਹੈ ਬਾਉਂਡਰੀ ਵਾਲ ਨਾ ਹੋਣ ਕਰਕੇ ਜਿਹੜੇ ਜੰਗਲੀ ਜਾਨਵਰ ਅਤੇ ਜਿਹੜੀ ਹੈ ਗਊਆਂ ਅਵਾਰਾ ਪਸ਼ੂਆਂ ਜਿਹੜਾ ਹੈ ਅੰਦਰ ਆਉਣ ਕਰਕੇ ਜਿਹੜਾ ਕਾਫੀ ਨੁਕਸਾਨ ਪਹੁੰਚਾਉਂਦੇ ਹਨ, ਅਤੇ ਨਾਲ ਹੀ ਦੱਸਿਆ ਕਿ ਮੌਸਮ ਦੀ ਮਾਰ ਕਰਕੇ ਵੀ ਜਿਹੜਾ ਹੈ ਇਹਨਾਂ ਨੂੰ ਜਿਹੜਾ ਹੈ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈ ਮੁਨਾਫਾ ਨਹੀਂ ਹੋ ਰਿਹਾ, ਲਗਾਤਾਰ ਇਹ ਘਾਟੇ ਦੇ ਵਿੱਚ ਹੀ ਜਾ ਰਹੇ ਹਨ। ਤਾਂ ਇਸ ਵਾਰੀ ਵੀ ਜਿਹੜਾ ਇਹਨਾਂ ਨੇ ਸਾਡੇ ਮਾਧਿਅਮ ਰਾਹੀਂ NFL ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਜਿਹੜੀ ਹੈ ਇਹਨਾਂ ਦੀ ਗੱਲ ਜਿਹੜੀ ਹੈ ਸੁਣੀ ਜਾਵੇ, ਤਾਂ ਜੋ ਜਿਹੜਾ ਹੈ ਇਹਨਾਂ ਦਾ ਹਰ ਸਾਲ ਜਿਹੜਾ ਨੁਕਸਾਨ ਹੋ ਰਿਹਾ ਉਸ ਤੋਂ ਜਿਹੜਾ ਹੈ ਬਚਾ ਹੋ ਸਕੇ। ਇਹ ਤੋਂ ਪਾਣੀ ਦੇ ਕਾਰਨ ਹੈ, ਪਾਣੀ ਕਮ ਮਿਲ ਰਿਹਾ ਬਗੀਚੇ ਕੋਈ, NFL ਪਾਣੀ ਕਮ ਬਹੁਤ ਕਮ ਦੇ ਰਹੇ, ਇੱਕ ਇਸ ਕਰਕੇ ਨੈਚੁਰਲ ਬਹੁਤ ਮੋਟਾ ਨੁਕਸਾਨ ਹੈ ਹਮਕੋ ਪਾਣੀ ਕਰਕੇ, NFL ਹਮਕੋ ਪਾਣੀ ਬਹੁਤ ਕਮ ਦੇ ਰਿਹਾ ਜੀ। ਟੈਂਪਰੇਚਰ ਜ਼ਿਆਦਾ ਗਰਮੀ ਪੜ ਰਹੀ ਹੈ, ਇਸਕਾ ਵੀ ਕੋਈ ਅਸਰ? ਹਾਂ ਜੀ, ਇਸਕਾ ਵੀ ਥੋੜ੍ਹਾ ਟੈਂਪਰੇਚਰ ਕਾ ਪਾਣੀ ਕੀ ਵਜ੍ਹਾ ਵੀ ਹੈ। ਤੋ ਆਪਕੋ ਲਗਤਾ ਹੈ ਕਿਆ ਕਿਤਨਾ ਨੁਕਸਾਨ ਹੋ ਸਕਤਾ ਹੈ ਆਪਕਾ? ਇਸਕਾ ਹਮਾਰਾ ਲੀਚੀ ਮੇਂ ਨੁਕਸਾਨ 8 ਲੱਖ ਰੁਪਏ ਕਾ, ਲੀਚੀ ਜੇ ਨੁਕਸਾਨ। ਕਿਤਨਾ ਟੋਟਲ ਠੇਕਾ ਹੋ ਰਹਾ? ਇਹ ਟੋਟਲ ਸਾਰਾ ਠੇਕਾ ਹੋ ਰਹਾ ਜੀ, 1 ਕਰੋੜ 11 ਲੱਖ ਰੁਪਏ ਦਾ। ਦਿੱਕਤ ਕੀ ਆ ਰਹੀ ਜੇ ਵਰਖਾ ਪੈ ਜਾਂਦੀ, ਪਾਣੀ ਲੱਗ ਜਾਂਦਾ? ਹਾਂ, ਵਰਖਾ ਪੈ ਜਾਂਦੀ ਤਾਂ ਬਹੁਤ ਖਰਾਬ ਹੋ ਜਾਂਦਾ, ਕੋਈ ਨੁਕਸਾਨ ਨਹੀਂ ਹੋਣਾ ਜੀ। ਹਾਂਜੀ, ਤੇ ਹੁਣ ਕੀ ਕੀ ਦਿੱਕਤ ਆ ਰਹੀ ਲੀਚੀ ਭਾਈ ਜੀ? ਇੱਕ ਤੋਂ ਇਹ ਗਰਮੀ ਟੈਂਪਰੇਚਰ ਜ਼ਿਆਦਾ ਹੈ, ਇਹਨੂੰ ਪਾਣੀ ਮਿਲ ਜਾਂਦਾ ਤਾਂ ਕੋਈ ਦਿੱਕਤ ਨਹੀਂ ਹੋਣੀ ਸੀ ਭਾਜੀ। ਹੁਣ ਸੁੱਕ ਗਈ ਹੈ, ਕਿਆ ਹੋਇਆ? ਲੀਚੀ ਹੋਇਆ ਕਿ ਰੰਗ ਨੂੰ ਕੀ ਹੋਇਆ, ਮਤਲਬ ਮਿਠਾਸ ਨਹੀਂ ਆ ਰਹੀ ਜਾਂ ਛੋਟਾ ਰਹਿ ਗਿਆ? ਇਹ ਫਟ ਰਹੀ ਹੈ ਜੀ ਇਹ ਗਰਮੀ ਕਰਕੇ। ਤੇ ਕਿੰਨੇ ਤੋਂ ਕਿੰਨੇ ਟਾਈਮ ਪੀਰੀਅਡ ਦਾ ਠੇਕਾ ਹੁੰਦਾ, ਕਿੰਨੇ ਮਹੀਨੇ ਦਾ ਹੁੰਦਾ ਤੁਹਾਡਾ? ਇਹ 5 ਸਾਲ ਦਾ ਟੈਂਡਰ ਹੈ ਜੀ, 1 ਕਰੋੜ 11 ਲੱਖ ਰੁਪਏ ਦਾ। ਇਹ ਸੀਜ਼ਨ ਕਿਆ ਲੀਚੀ ਦਾ, ਕਿਆ ਸੀਜ਼ਨ, ਕਿੰਨੇ ਮਹੀਨੇ ਰਹਿੰਦਾ? ਇਹ 15-16 ਦਿਨ ਦਾ ਦਿਨ ਰਹਿੰਦਾ। ਮੰਡੀ ਦਾ ਕੋਈ ਰੇਟ ਨਹੀਂ ਹੈ ਜੀ, ਇੱਥੇ ਵੇਚ ਰਹੇ ਜੀ, ਜੋ ਵੀ ਰੇਟ ਮਿਲਦਾ ਸਾਨੂੰ, ਮੰਡੀ ਕੋਈ ਨੂੰ ਪੁੱਛਦਾ ਨਹੀਂ।